ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸਿੰਘ ਜੀਓ, ਐਸਾ ਕੀ ਕੌਤਕ ਵਰਤਿਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਸ ਘਟਨਾ ਨੂੰ ਸੋਨੇ ਵਿੱਚ ਮੜ ਕੇ ਲਾਉਣਾ ਪਿਆ। ਪੂਰੀ ਗੱਲ ਤੋਂ, ਪੂਰੀ ਕਥਾ ਤੋਂ ਜਾਣੂ ਕਰਵਾਉਂਦੇ ਹਾਂ। ਆਪ ਜੀ ਅੱਗੇ ਇੱਕ ਬੇਨਤੀ ਹੈ, ਜੇਕਰ ਆਪ ਜੀ ਇਸ ਚੈਨਲ 'ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਸੋ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ ਗੱਲ ਨੂੰ ਅੱਗੇ ਵਧਾਉਂਦੇ ਹਾਂ। ਗੱਲ ਹੈ ਸੰਨ 1877 ਈਸਵੀ 'ਚ। ਸਮਾਂ ਸਵੇਰੇ 4:30 ਵਜੇ ਦਾ ਸਮਾਂ ਸੀ। ਆਪ ਜੀ ਸਭ ਜਾਣ ਹੀ ਜਾਣ ਹੋ ਕਿ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੋੜਨੀਆਂ ਸ਼ੁਰੂ ਹੋ ਜਾਂਦੀਆਂ ਹਨ। 4:15 ਵਜੇ ਦਾ ਸਮਾਂ ਸੀ, ਸੰਗਤਾਂ ਲੈਣ ਵਿੱਚ ਲੱਗੀਆਂ ਹੋਈਆਂ ਸੀ। ਤਕਰੀਬਨ 400 ਸੰਗਤਾਂ ਦਾ ਇਕੱਠ ਉੱਥੇ ਹੋਵੇਗਾ। ਐਸਾ ਕੀ ਹੁੰਦਾ ਹੈ ਕਿ ਉੱਥੋਂ ਦੇਖਣ ਵਾਲੇ ਸਭ ਹੈਰਾਨ ਰਹਿ ਜਾਂਦੇ ਹਨ। ਐਸਾ ਕੌਤਕ ਦੇਖ ਕੇ ਸਾਰੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗ ਗਏ ਹਨ। 4:30 ਵਜੇ ਦਾ ਸਮਾਂ ਸੀ, ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ। ਅਚਾਨਕ ਹੀ ਆਕਾਸ਼ ਵਿੱਚ ਬਹੁਤ ਜ਼ੋਰਦਾਰ ਧਮਾਕੇ ਨਾਲ ਬਿਜਲੀ ਕੜਕਦੀ ਹੈ। ਹਾਲਾਂਕਿ ਉਸ ਸਮਾਂ ਕੋਈ ਬੱਦਲ ਵੀ ਨਹੀਂ ਸਨ, ਪਰ ਅਚਾਨਕ ਇਤਨੀ ਜ਼ੋਰ ਦੀ ਬਿਜਲੀ ਕੜਕਦੀ ਹੈ। ਉਹ ਬਿਜਲੀ ਕੜਕ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਡੋਡੀ ਵਿੱਚੋਂ ਹੋ ਕੇ ਇੱਕ ਗੋਲੇ ਦਾ ਰੂਪ ਲੈ ਲੈਂਦੀ ਹੈ। ਇਸ ਘਟਨਾ ਨੂੰ ਉੱਥੋਂ ਦੀਆਂ ਸਾਰੀਆਂ ਸਭ ਸੰਗਤਾਂ ਨੇ ਦੇਖਿਆ। ਰੋਸ਼ਨੀ ਦਾ ਪੁੰਜ ਬਣ ਕੇ ਹੌਲੀ ਹੌਲੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਦਾਖਲ ਹੁੰਦੀ ਹੈ। ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ। ਧਰਤੀ ਤੋਂ ਸੰਗਤਾਂ ਦੱਸਦੀਆਂ ਹਨ ਕਿ ਧਰਤੀ ਤੋਂ 5 ਫੁੱਟ ਉੱਤੇ ਉਹ ਆ ਕੇ ਰੋਸ਼ਨੀ ਖੜ ਜਾਂਦੀ ਤੇ ਇੱਕ ਗੋਲੇ ਦਾ ਰੂਪ ਵਿੱਚ ਉਹ ਸ਼ਕਤੀ ਜਾਂ ਉਹ ਪ੍ਰਕਾਸ਼ ਉੱਥੇ ਤਕਰੀਬਨ 40-50 ਸਕਿੰਟ ਖੜੀ ਰਹਿੰਦੀ ਹੈ ਤੇ ਅਚਾਨਕ ਹੀ ਇੱਕਦਮ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਉਹ ਉੱਥੇ ਇੰਨੀ ਰੋਸ਼ਨੀ ਹੁੰਦੀ ਹੈ ਕਿ ਦੇਖਣ ਵਾਲੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਇਹ ਪਤਾ ਨਹੀਂ ਕੀ ਚੀਜ਼ ਸੀ, ਇਹ ਪਤਾ ਨਹੀਂ ਕੀ ਕੌਤਕ ਵਰਤਿਆ ਸੀ, ਇਹ ਗੁਰੂ ਮਹਾਰਾਜ ਰਾਮਦਾਸ ਜੀ ਮਹਾਰਾਜ ਹੀ ਜਾਣਦੇ ਹਨ। ਉਹ ਸ਼ਕਤੀ ਦਾ ਪੁੰਜ ਜਾਂ ਉਹ ਪ੍ਰਕਾਸ਼ ਦਾ ਪੁੰਜ ਉਹ ਦੱਖਣੀ ਹਿੱਸੇ ਵਿੱਚੋਂ ਹੁੰਦੀ ਹੋਈ ਬਾਹਰ ਨੂੰ ਚਲੀ ਜਾਂਦੀ ਹੈ। ਕੁਝ ਕੁ ਦੇਰ ਤਾਂ ਸੰਗਤਾਂ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਕੀ ਕੌਤਕ ਵਰਤਿਆ ਹੈ। ਜਦੋਂ ਥੋੜ੍ਹਾ ਜਿਹਾ ਹੋਸ਼ ਸੰਭਾਲਦੇ ਹਨ ਤਾਂ ਅੱਖਾਂ ਵਿੱਚ ਅਜੇ ਵੀ ਪ੍ਰਕਾਸ਼ ਦੀ ਰੋਸ਼ਨੀ ਚਮਚਮਾਉਂਦੀ ਹੈ। ਉੱਥੋਂ ਦੀਆਂ ਸਰਬ ਸੰਗਤਾਂ ਨੇ ਦੱਸਿਆ ਕਿ ਇਹੋ ਜਿਹਾ ਕੌਤਕ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੀ ਦੇਖਿਆ। ਇਹ ਪ੍ਰਤੱਖ ਕੌਤਕ ਉੱਥੋਂ ਦੀ ਸੰਗਤਾਂ ਨੇ, ਉਹ ਹਜ਼ੂਰੀ ਰਾਗੀਆਂ ਨੇ ਅਤੇ ਉੱਥੇ ਜੋ ਵੀ ਸੇਵਾਦਾਰ ਸੇਵਾ ਕਰ ਰਹੇ ਸਨ ਉਹਨਾਂ ਨੇ ਨਾਲ ਦੇਖਿਆ। ਇਸ ਘਟਨਾ ਨੂੰ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਨੂੰ ਸੋਨੇ ਵਿੱਚ ਮੜ ਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡੋਡੀ ਵਿੱਚ ਅੰਕਿਤ ਕੀਤਾ ਹੈ। ਸੋ ਗੁਰੂ ਪਿਆਰਿਓ, ਜੇਕਰ ਆਪ ਜੀ ਦਾ ਵੀ ਸਬਬ ਐਸਾ ਬਣਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਦਰਸ਼ਨ ਦੀਦਾਰੇ ਕਰਨ ਦਾ, ਤਾਂ ਆਪ ਜੀ ਇੱਕ ਵਾਰ ਦਰਸ਼ਨੀ ਡੋਡੀ ਉੱਤੇ ਨਿਗਾਹ ਜ਼ਰੂਰ ਮਾਰ ਲਿਓ, ਕਿਉਂਕਿ ਅਸੀਂ ਅੱਜ ਇੱਥੇ ਉਹ ਸਬੂਤ ਵੀ ਦੇ ਰਹੇ ਹਾਂ ਜੋ ਆਪ ਜੀ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ। ਦਰਸ਼ਨੀ ਡੋਡੀ ਤੋਂ ਅਸੀਂ ਫੋਟੋ ਖਿੱਚ ਕੇ ਲੈ ਕੇ ਆਏ ਸੀ ਤਾਂ ਜੋ ਪੂਰੀ ਸੰਗਤ ਨੂੰ ਅਸੀਂ ਦਿਖਾ ਸਕੀਏ ਕਿ ਅਸੀਂ ਜੋ ਬੋਲਦੇ ਹਾਂ, ਜੋ ਉੱਥੋਂ ਦੀ ਸੰਗਤਾਂ ਦੱਸਦੀਆਂ ਹਨ, ਜਾਂ ਜੋ ਉੱਥੇ ਕੋਈ ਕੌਤਕ ਵਰਤਿਆ ਹੈ ਜਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਵਰਤੀ ਹੈ,
ਉਸ ਦਾ ਪ੍ਰਤੱਖ ਪ੍ਰਮਾਣ ਆਪ ਸਭ ਸੰਗਤਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਸੋ ਸਾਡਾ ਇਹ ਚੈਨਲ ਜਾਂ ਇਹ ਕਥਾ ਕਹਿਣ ਦਾ ਇਹੀ ਭਾਵਾਰਥ ਹੈ ਜਾਂ ਇਹੀ ਸਾਰ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਸੰਗਤ ਦੇ ਅੰਗ ਸੰਗ ਸਹਾਈ ਹਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਾ ਕੇਵਲ ਮਨੁੱਖ ਦਰਸ਼ਨ ਕਰਨ ਆਉਂਦੇ ਹਨ, ਬਲਕਿ ਦੇਵੀ ਦੇਵਤੇ ਵੀ ਪ੍ਰਕਾਸ਼ ਦੀ ਜਾਂ ਸ਼ਕਤੀ ਦੇ ਰੂਪ 'ਚ ਜਾਂ ਪ੍ਰਕਾਸ਼ ਦੇ ਰੂਪ 'ਚ ਦਰਸ਼ਨ ਕਰਨ ਆਉਂਦੇ ਹਨ। ਪਤਾ ਨਹੀਂ ਉਹ ਕੋਈ ਦੇਵਤਾ ਸੀ ਜਾਂ ਕੋਈ ਸ਼ਹੀਦ ਸਿੰਘ ਸੀ ਜਾਂ ਕੋਈ ਗੁਰੂ ਮਹਾਰਾਜ ਆਪ ਸੀ ਸਨ, ਇਹ ਤਾਂ ਗੁਰੂ ਮਹਾਰਾਜ ਆਪ ਹੀ ਜਾਣ ਹਨ। ਅਤੇ ਗੁਰੂ ਮਹਾਰਾਜ ਸਭ 'ਤੇ ਐਵੇਂ ਹੀ ਕਿਰਪਾ ਕਰਕੇ ਦਰਸ਼ਨ ਦੀਦਾਰੇ ਕਰਵਾ ਲੈਣ, ਸੱਚੇ ਪਾਤਸ਼ਾਹ ਸੇਵਾ ਕਰਵਾ ਲੈਣ, ਗੁਰੂ ਮਹਾਰਾਜ ਸਭ ਨੂੰ ਦਰਸ਼ਨ ਦੀਦਾਰੇ ਦੇਣ। ਇੱਕ ਵਾਰ ਆਪ ਜੀ ਸਾਰੇ ਸੰਗਤਾਂ ਪਿਆਰ ਨਾਲ ਜਪੋ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਆਪ ਸਭ 'ਤੇ ਬਣੀ ਰਹੇ। ਆਪ ਇਸੇ ਤਰੀਕੇ ਨਾਲ ਹੀ ਦਾਸਾਂ ਦੇ ਸਿਰ 'ਤੇ ਮੇਰੇ 'ਤੇ ਹੱਥ ਰੱਖੋ, ਆਪੀ ਸ਼ੁੱਧ ਸਪਸ਼ਟ ਸੇਵਾ ਲੈ ਲਓ। ਗੁਰੂ ਮਹਾਰਾਜ ਕਿਰਪਾ ਕਰਨ, ਖੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।